ਪਤਾ ਲੱਗਾ ਜੇ ਜਿਹੜਾ ਇਮਰਾਨ ਖਾਨ ਨੇ ਉਹਨਾਂ ਨਾਲ ਮੁੱਕ ਲਿਆ ਵੇ ਅਫਗਾਨਿਸਤਾਨ ਨਾਲ, ਉਹਨਾਂ ਨੂੰ ਆਖਿਆ ਗਿਆ ਵੇ ਅਫਗਾਨਿਸਤਾਨ ਨੂੰ ਬਾਈ ਤਬਦੀਲੀ ਆ ਗਈ ਹੈ। ਉਹਨੇ ਕਿਹਾ ਕਿਉਂ? ਉਹਨਾਂ ਕਿਹਾ ਸਾਡਾ ਅੱਗੇ ਨਵਾਜ਼ ਸ਼ਰੀਫ ਨਾਲ ਮੁਆਦਾ ਹੋਇਆ ਵੇ, ਕੀ ਆਉਂਦੇ ਨੇ ਪ੍ਰੋਟੋਕੋਲ ਨੂੰ ਮੁਆਦਾ ਹੀ ਬਈ ਹੋਇਆ ਵੇ, ਤੁਹਾਡੇ ਨਾਲ ਜਿਹੜੇ ਹਾਂ ਤੁਹਾਨੂੰ ਪੈਸੇ ਦਿੱਤੇ ਨੇ ਸਨ 2020 ਤੱਕ, ਉਹ ਤੇਰਾ ਸਾਡਾ ਹਿਸਾਬ ਚੱਲਣਾ। ਉਹਨਾਂ ਆਖਿਆ ਨਹੀਂ, ਹੁਣ ਇਮਰਾਨ ਖਾਨ ਆਇਆ ਵੇ ਤਬਦੀਲੀ ਹੋਣੀ ਚਾਹੀਦੀ ਹੈ ਵਿੱਚ। ਉਹਨਾਂ ਆਖਿਆ ਸਾਡੇ ਕੋਲ ਪਹਿਲਾਂ ਪੁਰਾਣਾ ਮਾਲ ਪਿਆ ਵੇ, ਉਹ ਸਾਨੂੰ ਕੱਢਣ ਦਿਓ। ਇਮਰਾਨ ਖਾਨ ਨੇ ਆਖਿਆ ਬਿਲਕੁਲ ਨਹੀਂ, ਮੇਰੇ ਜਿਹੜੇ ਪੰਜਾਬ ਦੇ ਜੀ ਨੇ ਉਹ ਮਰਨ ਲੱਗੇ ਨੇ ਖੰਘ ਖੰਘ ਕੇ। ਤੁਹਾਡੇ ਜਿੰਨੇ ਤਗੜੇ ਲੋਕ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਹੁਣ ਉਹ ਗਰਦਾ ਲੱਭ ਰਿਹਾ ਜਿਹੜਾ ਬਾਹਰ ਜਾ ਰਿਹਾ ਵੇ, ਸਾਨੂੰ ਉਹ ਲੱਭ ਰਿਹਾ ਵੇ ਜਿਹੜਾ ਰੂੜੀਆਂ ਦੇ ਸੁੱਟਦੇ ਨੇ। ਉਹ ਆਂਦੇ ਨੇ ਚਲੋ ਇਹਨਾਂ ਨੂੰ ਦੇ ਦਿਓ ਇਹ ਪੀਣ। ਕਿਆ ਅਸਾਂ ਬਹੁਤਾ ਹੁਣ ਆਪਣਾ ਸਿਕਾਣਾ ਸੀ ਇਹ ਹੈ? ਜੇ ਹੁਣ ਮੇਰੀ 500 ਦੀ ਦਵਾਈ ਡਿੱਗੀ ਹੈ, ਹੁਣ ਮੈਨੂੰ ਇਹ ਦੱਸੋ ਬਈ ਮੈਨੂੰ ਇਮਰਾਨ ਖਾਨ ਨੇ ਕਿਸੇ ਵੀ, ਜੇ ਮੈਂ ਆਖਾਂ ਨਵਾਜ਼ ਸ਼ਰੀਫ ਨੂੰ ਆਖਾਂ ਮੈਨੂੰ ਸਿਰਗੜ ਚੁਕਾ, ਮੈਨੂੰ ਕਿਸੇ ਵੀ ਨਹੀਂ ਚੁਕਾਣਾ। ਮੈਂ ਗਰੀਬ ਬੰਦਾ ਵਾ, ਜਿੱਥੇ ਅੱਗੇ ਮੈਂ 50 ਦੀ ਲੈ ਕੇ ਚੁੱਕਦਾ, ਹੁਣ ਮੈਨੂੰ 500 ਦੀ ਵੀ ਨਹੀਂ ਲੱਗਦੀ। ਚੰਗੀ ਸਾਡੇ ਤੇ ਇਮਰਾਨ ਖਾਨ ਰੱਦ ਬਦੀਲੀ ਦਿੱਤੀ, ਅਸਾਂ ਵੋਟ ਦਿੱਤੇ ਨੇ, ਇਮਰਾਨ ਖਾਨ ਨੂੰ ਅੱਗੇ ਲਿਆਂਦਾ। ਉਹ ਮਿਹਰਬਾਨੀ ਕਰੋ ਅਫਗਾਨਿਸਤਾਨ ਨਾਲ ਇਮਰਾਨ ਸਾਹਿਬ ਨੂੰ ਆਖੋ ਬਈ ਸਾਡੇ ਬਾਰੇ ਕੋਈ ਸੋਚਣ, ਇਹਨਾਂ ਨਾਲ ਅਫਗਾਨਿਸਤਾਨ ਨਾਲ ਹੱਥ ਸਿੱਧੇ ਰੱਖਣ। ਕਿਉਂ? ਇਹਨਾਂ ਨਾਲ ਡਿੰਗੇ ਕੀਤੇ ਹੋ ਤੇ ਸਾਡਾ ਖਾਤਾ ਖਰਾਬ ਹੋ ਜਾਏ ਇਹਦਾ। ਤੇ ਮਿਹਰਬਾਨੀ ਇਹ ਤੁਹਾਡੀ, ਜੇ ਕੋਈ ਚਾਰ ਛਿੱਲਾਂ ਦੇਣੀਆਂ ਵੀ ਉਹਨਾਂ ਨੂੰ ਪੈਂਦੀਆਂ ਨੇ ਅਫਗਾਨਿਸਤਾਨ ਨੂੰ ਹੱਥੋਂ, ਉਹਨਾਂ ਨੂੰ ਦੇ ਕੇ ਆਖੋ ਇੱਕ ਨੰਬਰ ਮੇਰੇ ਪੰਜਾਬ ਚ ਮਾਲ ਟੋਰੋ, ਮੇਰੇ ਸ਼ੇਰ ਜਵਾਨ ਬਿਮਾਰ ਹੋਏ ਤੇ ਤਬਦੀਲੀ ਜਰਾ ਕਾਇਨਾ ਆਉਣੀ ਚਾਹੀਦੀ। ਕਿਉਂ? ਗਰਦਾ 2 ਨੰਬਰ ਹੋਵੇ ਤਾਂ ਅਸੀਂ ਮਾਰ ਗਏ, ਜੇ 1 ਨੰਬਰ ਹੋਵੇ ਤੇ ਇਹ ਜਿੰਨੇ ਵਡੇਰੇ ਵੱਡੇ ਵੱਡੇ ਲੋਕ ਹੈ ਨੇ ਨਾ, ਜਿੰਨੇ ਹੈ ਨੇ ਇਹਨਾਂ ਗਾਰਡ ਵੇਖੋ, ਜਿੱਥੇ ਅਸੀਂ ਗਾਰਡ ਸਨ, ਉੱਥੇ ਹੁਣ ਇੱਕ ਇੱਕ ਗਾਰਡ ਉਹਨੇ ਕੀਤੇ ਆ। ਉਹਨੇ ਵੀ ਆਖਿਆ ਜਿਹੜੇ ਹਾਲਤ ਮਾਲ ਪੀਂਦੇ ਨੇ ਇਹਨਾਂ ਨੂੰ। ਮੈਂ ਤੇ ਇੱਕ ਹੋਰ ਗੱਲ ਚਾਹੁੰਦਾ ਵਾ, ਜਿੰਨੇ ਆ ਵੱਡੇ ਲੋਕ ਹੈ ਨੇ ਨਾ, ਇਹਨਾਂ ਦਾ ਇੱਕ ਇਮਰਾਨ ਖਾਨ ਨੂੰ ਨਾ ਇੱਕ ਜਹਾਜ਼ ਭਰਨਾ ਚਾਹੀਦਾ, ਇੱਕ ਦਿਨ ਰੱਖਣਾ ਚਾਹੀਦਾ ਇਹਨਾਂ ਨੂੰ, ਆਖੇ ਆਓ ਮਾਲ ਹੀ ਮਾਲ ਵਿੱਚ ਬੇਬਾਹ ਇਹਨਾਂ ਨੂੰ ਉੱਥੇ ਸੁੱਟੇ ਜਾ ਕੇ ਜਿੱਥੋਂ ਇਹਨਾਂ ਦਾ ਪਿਛਾਂ ਵਾਲਾ ਰਾਹ ਹੋਏ ਨਾ, ਉੱਥੇ ਜਾ ਕੇ ਆਖੇ ਇੱਥੇ ਰਹਿਣਾ ਜੀ। ਇੱਕ ਪੈਲਟ ਐਸਾ ਦੇ ਉਹਨਾਂ ਦੇ ਘਰੇ ਦਾ ਖਰਚਾ ਵੀ ਚੁੱਕੇ, ਆਖੇ ਇਹਨਾਂ ਨੂੰ ਖਤਮ ਕਰ ਆ। ਤੇ ਨਵਾਜ਼ ਸ਼ਰੀਫ ਨੂੰ ਤੇ ਚਾਹੀਦਾ ਅੱਗੇ ਚੁੰਝੀ ਜਹਾਜ਼ ਦੇ ਅੱਗੇ ਟਾਂਗ ਕੇ ਖੜਨਾ, ਤੇ ਜਾ ਕੇ ਉਸ ਪਾਣੀ ਵਿਚ ਵਗਾਣਾ ਜਿੱਥੋਂ ਅੱਜ ਰੇਟ ਵੇਖੋ ਨਾ। ਹੁਣ ਜ਼ੁਲਮ ਜ਼ੁਲਮ ਹੈ ਨਾ ਖਾਨ ਸਾਹਿਬ, ਵੇਖੋ ਜਿੱਤੇ ਅਸੀਂ 50 ਦੀ ਸ਼ੈ ਲੈਂਦੇ ਸਾਂ, ਹੁਣ ਅਸੀਂ 500 ਵੀ ਦੇਈਏ ਨਾ, ਯਕੀਨ ਕਰੋ 50 ਜਿੰਨੀ ਨਹੀਂ ਹੁੰਦੀ। ਕਿਉਂ? ਅਸੀਂ ਹੁਣ ਦੱਸੋ ਚੋਰੀਆਂ ਕਰਨੇ ਆ ਵੀ, ਅਸੀਂ ਚੋਰੀਆਂ ਕਰਕੇ ਲਿਆਵੀਏ ਤੇ ਬਾਈ 500 ਦੀ ਧਾਰ ਦੀ ਅਸੀਂ ਲੀਲਾਂ ਆਉਂਦੇ, ਆਹਰ ਸਾਡੇ ਅਹਰਾਜਾਤ ਵੀ ਨੇ ਸਭ ਕੁਝ ਵੀ, ਕਿਆ ਅਸੀਂ ਹੁਣ ਕਿੱਧਰ ਜਾਈਏ? ਇਹ ਹੁਣ ਇਮਰਾਨ ਸਾਹਿਬ ਅੱਗੇ ਸਾਡੀ ਹਾਸ਼ੇ ਇਹ ਕਰਦਾ ਸਸਤਾ ਕਰੋ, ਜਿੱਥੇ ਤਰੋੜਾ ਆ ਰਿਹਾ ਤੇ ਬੋਰੀ ਗੱਲੋ, ਤੇ ਅਫਗਾਨਿਸਤਾਨ ਨਾਲ ਹੱਥ ਸਿੱਧੇ ਰੱਖਣ ਦੇ, ਇਹ ਵੀ ਬੱਚੇ ਰਹਿਣ ਦੇ ਅਸੀਂ ਵੀ ਬੱਚੇ ਰਵਾਂਗੇ। ਤੇ ਮਿਹਰਬਾਨੀ ਕਰਨ ਆਪਣੇ ਪੇਟੀ ਭਰਾਵਾਂ ਪਠਾਣਾ ਨਾਲ ਸੁਰ ਰੱਖਣ, ਲਿਆਦਾ ਕੇ ਉਹਨਾਂ ਨੂੰ ਆਖਣ ਵਾਈ ਸਮਗਲਰ ਠੀਕ ਕਰੋ, ਤੇ ਜਿਹੜਾ ਅਸਲਾ ਇਹਦੇ ਤੇ ਪਾਬੰਦੀ ਲਾਉਣ।